ਫੋਰਟ ਮੈਕਮਰੀ ਦੇ ਤਕਰੀਬਨ 90,000 ਲੋਕਾਂ ਨੂੰ ਕੁਝ ਘੰਟਿਆਂ ਦੇ ਅੰਦਰ ਅੰਦਰ ਆਪਣੇ ਘਰਾਂ ਅਤੇ ਵਪਾਰਾਂ ਨੂੰ ਪਿੱਛੇ ਛੱਡ ਕੇ ਅਚਾਨਕ ਸ਼ਹਿਰ ਛੱਡਣਾ ਪਿਆ ਸੀ ਅਤੇ RCMP ਵੱਲੋਂ ਇਹਨਾਂ ਦੀ ਵਾਪਸੀ ਦੌਰਾਨ ਸੁਰੱਖਿਆ ਅਤੇ ਸਲਾਮਤੀ ਵਾਸਤੇ 200 ਪੁਲਿਸ ਅਫਸਰ ਤੈਨਾਤ ਕੀਤੇ ਗਏ ਹਨ। ਬਾਕੀ ਦੇ ਸੂਬੇ ਨੂੰ ਸ਼ਹਿਰ ਨਾਲ ਜੋੜਦੀ ਹਾਈਵੇ 63 ਸਵੇਰੇ 8 ਵਜੇ ਤੋਂ ਆਵਾਜਾਈ ਵਾਸਤੇ ਖੋਲ੍ਹ ਦਿੱਤੀ ਗਈ ਸੀ। ਐਲਬਰਟਾ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਐਗਜ਼ੈਕਟਿਵ ਡਾਇਰੈਕਟਰ ਸਕਾਟ ਲੌਂਗ ਨੇ ਸ਼ਹਿਰ ਵੱਲ ਵਾਪਸ ਆ ਰਹੇ ਵਸਨੀਕਾਂ ਦੀ ਪਹਿਲੀ ਲਹਿਰ ਨੂੰ ਅਹਿਤਿਆਤ ਵਰਤਣ ਲਈ ਕਿਹਾ ਅਤੇ ਖਾਣ ਪੀਣ ਦੀ ਸਮੱਗਰੀ ਤੋਂ ਇਲਾਵਾ ਗੱਡੀਆਂ ਦੇ ਗੈਸ ਟੈਂਕਸ ਵੀ ਭਰਵਾਉਣ ਦੀ ਸਲਾਹ ਦਿੱਤੀ ਕਿਉਂਕਿ ਇਲਾਕੇ ਦੇ ਬਹੁਤ ਸਾਰੇ ਗੈਸ ਸਟੇਸ਼ਨਸ ਕੋਲ ਇਹ ਚੀਜ਼ਾਂ ਸੀਮਤ ਹਨ। ਵਿਸਤਾਰ ਵਿੱਚ ਅਹਿਮ ਜਾਣਕਾਰੀ ਸ਼ਹਿਰ ਨਿਵਾਸੀਆਂ ਤੱਕ ਪਹੁੰਚਾਉਣ ਲਈ 30,000 ਬੁਕਲੈਟਸ ਘਰੋਂ ਘਰੀ ਵੰਡੀਆਂ ਗਈਆਂ ਹਨ ਅਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਸਭ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਹਿਦਾਇਤ ਵੀ ਦਿੱਤੀ ਜਾ ਰਹੀ ਹੈ। ਐਲਬਰਟਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਰਹਿਣ ਵਾਸਤੇ ਸੁਰੱਖਿਅਤ ਹਨ ਅਤੇ ਏਅਰ ਕੁਆਲਿਟੀ ਵੀ ਸਾਫ਼ ਹੈ। ਜ਼ਿਕਰਯੋਗ ਹੈ ਕਿ ਐਬਸਾਨ, ਬੀਕਨ ਹਿੱਲ ਅਤੇ ਵਾਟਰਵੇਜ਼ ਇਲਾਕਿਆਂ ਵਿੱਚ ਮਲਬੇ ਨੂੰ ਸਾਫ਼ ਕਰਨ ਲਈ ਹਜੇ ਕਾਫ਼ੀ ਵਕਤ ਲੱਗ ਸਕਦਾ ਹੈ ਅਤੇ ਇੱਥੇ ਰਹਿ ਰਹੇ ਲੋਕਾਂ ਨੂੰ ਘਰ ਵਾਪਸ ਆਉਣ ਲਈ ਸਤੰਬਰ ਤੱਕ ਇੰਤਜ਼ਾਰ ਕਰਨਾ ਪਵੇਗਾ। ਸੂਬੇ ਵੱਲੋਂ 7 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਬਜ਼ੁਰਗਾਂ ਅਤੇ ਡਾਕਟਰੀ ਸਹਾਇਤਾ ਦੀ ਜ਼ਰੂਰਤ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਉਦੋਂ ਤੱਕ ਨਾ ਸ਼ਹਿਰ ਪਰਤਣ ਲਈ ਕਿਹਾ ਜਾ ਰਿਹਾ ਜਦੋਂ ਤੱਕ ਹਸਪਤਾਲ ਪੂਰੀ ਤਰ੍ਹਾਂ ਸੇਵਾਵਾਂ ਪ੍ਰਦਾਨ ਕਰਨ ਦੀ ਸਥਿਤੀ ਵਿੱਚ ਨਹੀਂ ਹੋ ਜਾਂਦਾ।